ਸੰਗਤੀ ਕੋ ਤਾਂ ਜਾਣ ਦਿਓ ਸੋ ਸਨੀ ਕਿੰਗ ਅਤੇ ਮੈਂ ਹਾਂ ਸਜਾਦ ਵੈਂਸ। ਸਮੀਰ ਦੇ ਭਰਾ ਦੀ ਸ਼ਾਦੀ ਉੱਥੇ ਗਿਆ ਸੀ, ਮੈਂ ਕਿਹਾ ਛੋਟਾ ਜਿਹਾ ਵਲੌਗ ਬਣਾ ਕੇ ਨੂੰ। ਇਹ ਸਾਹਮਣੇ ਤੁਸੀਂ ਜਿਹੜਾ ਹੁਣ ਬੰਦਾ ਦੇਖ ਸੋ, ਇਹ ਹੀ ਵੇ ਮੈਂ ਸ਼ਹਿਜ਼ਾਦੀ ਦਾ ਭਰਾ ਅਤੇ ਇਹ ਸਮੀਰ ਅਬਾਸੀ ਸਮੀਰ ਭਾਈ। ਅਤੇ ਇਹ ਮਾਹੌਲ ਇਹਦੇ ਵਾ ਤੁਸਾਂ ਇਹਨਾਂ ਦਾ ਇੱਥਾਂ ਨਿਜ਼ਾਮ ਹੈ ਖਾਵਣ ਪਕਾਵਣ ਦਾ। ਅਤੇ ਅਸਾਂ ਇੱਥੇ ਖੜਿਆ ਸੀ ਰੂਹ ਆਖੇ ਇੱਕ ਛੋਟਾ ਜਿਹਾ ਵਲੌਗ ਬਣਾਉਂ ਚਾ। ਇਹ ਸਾਹਮਣੇ ਦੂਜੇ ਜਿਹੜੇ ਬੰਦੇ ਖੜੇ ਇਹਨੇ ਜੋ ਹੈ ਕਈ ਸਾਡਾ ਕਾਰ ਡਰਾਈਵਰ ਵੀ ਹੈ, ਇਹ ਸਜਾਦ ਸਨੀ ਦਾ ਭਰਾ ਹੈ, ਇਹ ਵੀ ਸਾਡੇ ਨਾਲ ਸ਼ਾਦੀ 'ਤੇ ਹਨ। ਸਨੀ ਵਾਂਡਾ ਖੜੇ, ਮੈਂ ਕਿਹਾ ਯਾਰ ਉੱਥੇ ਥੀ ਆ ਥੋੜ੍ਹਾ ਕੈਮਰੇ ਦਿਓ ਅਤੇ ਥੋੜ੍ਹਾ ਉੱਥੇ ਥੀ ਆ ਵੱਲ। ਮੈਂ ਕਿਹਾ ਕਿਆ ਹਾਲ ਹੈ ਤੇਰਾ, ਠੀਕ ਹੈ ਫਿੱਟ ਹੈ? ਕਹਿਣ ਆਦੇ ਆ ਠੀਕ ਹਾਂ ਫਿੱਟ ਹਾਂ। ਮੈਂ ਕਿਹਾ ਕਿਵੇਂ ਹਾਲ ਹੈ? ਕੋਈ ਭੁੱਖ ਸ਼ੁੱਖ ਤਾਂ ਨਹੀਂ ਲੱਗੀ ਖੜੀ? ਬਸ ਮੈਂ ਥੋੜ੍ਹਾ ਜਿਹਾ ਮੂੰਹ ਬਣਾਇਆ ਸੀ, ਮੈਂ ਕੋਲ ਲੱਗੇ ਕੋਈ ਭੁੱਖ ਲੱਗੀ ਖੜੀ ਹੈ। ਸਮੀਰ ਰੋਟੀ ਵਾਲੇ ਨਾਲ ਅਲਵਿੰਦਾ ਖੜੇ ਹੁੰਦੇ ਨਾਲ ਪਹੁੰਚ ਗਏ। ਮੈਂ ਕਿਹਾ ਸਨੀ ਤਾਂ ਕੋਈ ਭੁੱਖ ਲੱਗੀ ਹੋਈ, ਸਮੀਰ ਕੋ ਆਖ ਚਾਹ ਤਾਂ ਕੋਈ ਰੋਟੀ ਛੋਟੀ ਖਵੇ ਸੀ। ਅਤੇ ਦੇਖੋ ਆਦੇ ਤਾਂ ਇਹ ਮਾਹੌਲ ਡਿੱਠੇ ਵੇ ਸਾਹਮਣੇ ਤੁਹਾਡੇ ਰੋਟੀ ਪੱਕਦੀ ਪਈ ਹੈ, ਰੋਟੀ ਪਕਾਉਣ ਵਾਲੇ ਕੋ ਡੇਗੀ ਤਾਂ ਤੁਸੀਂ ਇਹ ਸਨੀ ਕਿੰਗ। ਅਤੇ ਸਾਹਮਣੇ ਪਿੱਛੋ ਸਾਹਮਣੇ ਸਮੀਰ ਬਈ ਵਧੇ ਥੀ ਆ, ਸਨੀ ਦਾ ਮੂੰਹ ਡਿੱਠੇ ਵੇ ਬੁੱਕ ਕੋਲੋ ਸਿਰੋ ਮੋਇਆ ਕੜੇ, ਮਲੂਮ ਥੀਂਦੇ ਕਸ਼ਾ ਖਾਧੀ ਕਹਿੰਦੀ ਸਵੇਰ ਸਵੇਰ ਦਾ ਟਾਈਮ ਬਈ ਅਤੇ ਅਜਾ ਨਾਸ਼ਤਾ ਵੀ ਕਰਨਾ ਸੇ। ਉਹਦੇ ਬਾਅਦ ਸਮੀਰ ਅਬਾਸੀ ਕੋ ਸੱਜੇ ਸੇ, ਅਸਾਂ ਕਿ ਸਮੀਰ ਬਈ ਥੋੜ੍ਹਾ ਹੀ ਡਿਆ ਵਾ ਹੈ ਟਾਈਮ ਸ਼ਾਇਮ ਡਿਵੇ। ਅਤੇ ਉਹ ਹੁਣ ਰੋਟੀਆਂ ਨੇ ਕੋਲੋ ਗਿਆ ਖੜੇ, ਉਹਨੂੰ ਕਹਦੇ ਯਾਰ ਰੋਟੀਆਂ ਤੁਸਾਂ ਬਹੁਤ ਵੱਡਿਆਂ ਪਕਾਈ ਪਵੇ ਅਤੇ ਇਹਨੂੰ ਥੋੜ੍ਹਾ ਛੋਟਾ ਕਰੋ। ਅਤੇ ਰੋਟੀਆਂ ਲਿਆ ਦੇਣ ਯਾਰ, ਇਹ ਰੋਟੀ ਇਵੇਂ ਹੁੰਦੀ ਆ ਸ਼ਾਦੀ ਦੀ ਰੋਟੀ, ਇਵੇਂ ਹੁੰਦੀ ਆ। ਇੱਕ ਵਾਲਾ ਕੱਟੇ ਸੁਣਾ ਦਰਮਿਆਨ 'ਚ ਪਿੱਛੇ ਰੋਟੀ ਜ਼ਬਰਦਸਤ ਬਣਵੇ ਸੀ। ਵੱਲ ਵੀ ਸਮੀਰ ਆਦੇ ਯਾਰ ਤੂੰ ਥੋੜ੍ਹੀ ਰੋਟੀ ਛੋਟੀ ਕਰੋ, ਇਹ ਬਹੁਤ ਵੱਡੀ ਪਕਾਈ ਪਵੇ। ਅਤੇ ਇਹ ਸਾਰਾ ਨਿਜ਼ਾਮ ਮੈਂ ਕਿਹਾ ਦੇਖੋ ਹੁਣ ਤੁਹਾਡੇ ਸਾਹਮਣੇ ਹਾਲਾਤ ਹਨ, ਬਹੁਤ ਵੱਡੀ ਰੋਟੀ ਹੈ ਜ਼ਾਇਦ ਥੀ ਪੈਂਦੀ ਹੈ। ਅਤੇ ਜਿਵੇਂ ਵੀ ਉਹਨੇ ਮੁਤਮੈਨ ਕਿਤੇ ਸਨੀ ਪਿੱਛੇ ਸੁਣਦਾ ਖੜੇ, ਦੇਖੋ ਹੁਣ ਤੁਹਾਡੇ ਸਾਹਮਣੇ ਮੂੰਹ ਬਣੇ ਖੜੇ, ਜਿਹੜੇ ਵੇਲੇ ਕੈਮਰਾ ਇਹਨਾਂ ਕਰੇ ਨਾ ਇਹ ਬਸ ਅੱਖ ਮਾਰ ਰਹੇ ਨੇ, ਥੋੜ੍ਹਾ ਖਿਲਦੇ ਚਾ ਬੁੱਕ ਕੋਲੋ ਜੋ ਮੋਇਆ ਖੜੇ। ਅਤੇ ਇਹ ਸਮੀਰ ਬਈ ਡਿੱਠੇ ਵੇ ਹੁਣ ਉਹਨਾਂ ਕੋਲ ਆਦੇ, ਠੀਕ ਹੈ ਚਲੋ ਜਿਵੇਂ ਤੁਹਾਡਾ ਦਿਲ ਕਰੇ, ਲੇਕਿਨ ਥੋੜ੍ਹਾ ਖਿਆਲ ਕਰੋ ਰੋਟੀ ਜ਼ਾਇ ਨਾ ਥੀ ਵੇ ਮੈਂ ਆਦਾਂ। ਇਹ ਸਾਹਮਣੇ ਤੁਹਾਡੇ ਦੇਖਾਂ ਸ਼ੇਗਾਂ ਪੱਕ ਜਾ ਪੈਣ ਮਾਹੌਲ, ਇਹ ਸਨੀ ਦਾ ਵੀਰਾ, ਇਹ ਨਾਲ ਵਾਲਾ ਸਾਰਾ ਹਾਵੇ ਕਾਰ ਡਰਾਈਵਰ, ਦਿਹਾਤ ਦਾ ਇਲਾਕਾ ਹੀ ਹੈ ਤੁਹਾਡੇ ਸਾਹਮਣੇ ਮਾਹੌਲ ਹੈ। ਸਨੀ ਉਹਨਾਂ ਦਾ ਖੜੇ ਯਾਰ ਦੇਖ ਕੁਝ ਕਰ ਮੇਰੇ ਬਾਰੇ ਸੋਚ, ਮਾਈ ਬੁੱਕ ਕੋਲ ਉਮਰ ਦਾ। ਸਮੀਰ ਆਖਿਆ ਠੀਕ ਹੈ ਖੈਰ ਹੈ, ਟੈਨਸ਼ਨ ਨਾ ਗਿਆ, ਮੈਂ ਖਵੇ ਨਾ ਤੇ ਕੋਈ ਰੋਟੀ, ਟੈਨਸ਼ਨ ਨਾ ਗਿਆ। ਇਹ ਗੱਲ ਆਇਆ ਵਧਾਈ ਉਵੇਂ ਕਿ ਸਮੀਰ ਬਈ ਅੱਲਾ ਵਾਸਤੇ ਕਰਾਇਆ ਤੇਰੇ, ਸਮੀਰ ਸਨੀ ਕੋ ਆਖਿਆ ਯਾਰ ਤੂੰ ਦੇਖ ਰਿਹਾ, ਤੂੰ ਆਖਿਆ ਨਾ ਨਾ ਤੂੰ ਦੇ, ਉਹ ਆਖਿਆ ਸਮੀਰ ਆਖੇ ਸਨੀ ਮੇਰਾ ਯਾਰ ਹੈ, ਯਾਰ ਸਨੀ ਤੂੰ ਦੇਖ ਰਿਹਾ। ਸਨੀ ਆਖੇ ਯਾਰ ਮੈਂ ਕੋਈ ਕਿਉਂ ਤੰਗ ਕਰਨ ਦੇ ਪਵੇ, ਸਨੀ ਹੱਥ ਮਾਰੇ ਖਿੱਸੇ 'ਚ ਪੈਸੇ ਕੱਟ ਕੇ ਦੇਣਾ ਪਵੇ, ਦੇਖੋ ਤੁਹਾਡੇ ਸਾਹਮਣੇ ਬੁਲਾ ਆਖੇ ਸੀ ਯਾਰ ਮੇਰੇ ਕੋਲ ਖੁੱਲ੍ਹੇ ਕਹਿੰਦੇ ਉਡੋ ਸਮੀਰ ਦਾ ਅੱਬੂ ਆ ਗਏ। ਅਤੇ ਉਹ ਆਖੇ ਮੈਂ ਦੇਣਾ, ਮੈਂ ਆਖਿਆ ਨਾ ਨਾ ਸਨੀ 100 ਰੁਪਏ ਦਿੱਤਾ ਨੂੰ, ਮੈਂ ਆਖਿਆ 100 ਰੁਪਏ ਮੈਂ ਨਹੀਂ ਗਿੰਦਾ। ਸਮੀਰ ਕੋ ਆਖੀ ਸੀ ਮੈਂ 100 ਰੁਪਇਆ ਗਿਣਸਾਂ, ਅਤੇ ਉਹ ਆਖੇ ਯਾਰ 100 ਰੁਪਇਆ ਤਾਂ ਕਹਿ ਨਹੀਂ। ਅਤੇ ਸਮੀਰ ਦਾ ਪਿਓ ਹੁਣ ਪੈਸੇ ਕੱਢਦਾ ਪਏ, ਉਹ ਕੋ 100 ਦਿੰਦੇ, ਉਹ ਕੋ ਰਾਜ਼ੀ ਕਰ ਦਿੰਦੇ, ਪਤਾ ਨਹੀਂ ਰਾਜ਼ੀ ਥੀਂਦੇ ਜਾਂ ਨਹੀਂ ਥੀਂਦਾ। ਤੁਹਾਡੇ ਸਾਹਮਣੇ ਪੈਸੇ ਗਿਣਦਾ ਖੜੇ ਹੁਣ, ਅਤੇ ਉਹ ਵੀ ਆ ਬੰਦਾ ਆ ਗਿਆ, ਮੈਂ ਕਿ 100 ਮੇਰੇ ਕੋਲ ਮੈਂ ਦੇਣਾ, ਤੁਸੀਂ ਉਹ ਕੁਡੇ ਉਹ ਰਾਜ਼ੀ ਕਰੋ, ਮਲੰਗ ਬੰਦਾ ਹੈ। ਅਤੇ ਹੁਣ ਉਹ ਕੋ ਸੱਡਿਆਂ ਦੇ ਭੈਣ, ਉਹ ਕੋ ਦਿੰਦੇ ਭੈਣ 100 ਰੁਪਇਆ, ਉਹ ਸਮੀਰ ਆਪਾਂ ਅਸੀਂ 100 ਰੁਪਇਆ ਦਿੰਦਾ ਪਏ ਹੁਣ, ਉਹ ਨਹੀਂ ਚਾਹੁੰਦਾ, ਉਹ ਕਹਿੰਦਾ ਚਾਹ ਕੇ ਦੇ ਹੁਣ ਰਾਜ਼ੀ ਸੀਗਾ, ਖੁਸ਼ ਸੀ ਖੜੇ, ਖਿਲਦਾ ਖੜੇ। ਅਤੇ ਸਨੀ ਦੇ ਵੀ 100 ਰੁਪਏ ਗਏ ਅਤੇ 100 ਰੁਪਇਆ ਮਲੰਗ ਗਹਿਣ ਕੇ ਖੁਸ਼ ਤਿਆ ਖੜੇ। ਇਹ ਮਾਹੌਲ ਹੈ ਤੁਹਾਡੇ ਸਾਹਮਣੇ ਦੇਖੋ। ਉਹ ਸਮੀਰ ਅਬਾਸੀ ਵੇਂਦਾ ਪਿਆ ਸਨੀ ਪਿੱਛੋਂ ਵੇਂਦਾ ਪਿਆ, ਸਨੀ ਕੋ ਇੱਕ ਬੰਦੇ ਰੋ ਕੇ ਦੇਵਾਂ, ਕਿ ਯਾਰ ਉਹਦੇ ਬਾਲ ਉਡੇ ਨਾ ਵਜੋ। ਸਮੀਰ ਅਬਾਸੀ ਗਏ ਅੰਦਰ, ਉੱਥਾਂ ਚਾਹ ਚਾਵਣ ਗਿਆ, ਉਹਦੇ ਚਾਹ ਚਾਹ ਕੇ ਉਹਨੇ ਆਵੇ ਸੀ, ਇਹਨੇ ਬੰਦੇ ਆਖੇ ਯਾਰ ਅਸਾਂ ਤੇਰੇ ਫੈਨ ਹੈ ਸਨੀ, ਤਾਂ ਗੁੱਲੇ ਦੇ ਵਧਿਆ ਸਾਡੇ ਨਾਲ ਕੋਈ ਵੀਡੀਓ ਸ਼ੂਡੀਓ ਬਣਵਾ। ਅਤੇ ਸਨੀ ਆਖੇ ਭਈਆ ਕੋਈ ਮਸਲਾ ਕਹਿ ਨਹੀਂ ਆ, ਉਹ ਵੀਡੀਓ ਬਣਾ ਕੇ ਨਾ, ਵੀਡੀਓ ਦਾ ਕੋਈ ਮਸਲਾ ਹੈ? ਉਹ ਸਾਹਮਣੇ ਭਈਆ ਉਹ ਵੀਡੀਓ ਬਣਾਉਂਦੇ ਪੈਣ ਸਨੀ ਦੀ, ਅਤੇ ਆਪਣੇ ਨਾਲ ਦੇਖੋ ਆਦੇ ਯਾਰ ਮੈਂ ਥੱਕੂੰ ਗੋਲ ਗੋਲ ਕੇ ਥੱਕਾਂ, ਦੁਕਾਨ ਤੋਂ ਦੂ 3 ਚੱਕਰ ਲਾ ਕੇ ਤੂੰ ਸਾਨੂੰ ਵੇ ਮਿਲੇ, ਇਹ ਤਾਂ ਸ਼ੁਕਰ ਹੈ ਸਮੀਰ ਬਈ ਦੀ ਸ਼ਾਇਦ ਤਾਂ ਮਿਲ ਗਿਆ ਵੇ, ਵੀਡੀਓ ਸ਼ੂਡੀਓ ਬਣਾਈ ਪੈਣ ਹੁਣ। ਇਹ ਅਸੀਂ ਸਾਡੇ ਫੈਨ ਹਨ, ਸਨੀ ਬਈ ਦੇ ਫੈਨ ਹਨ। ਇਹ ਸਾਹਮਣੇ ਵਾਲੇ ਤੁਸੀਂ ਦੇਖਦੇ ਨੇ ਸਾਰਾ ਵੀਰਾ, ਇੱਕ ਸਜਾਦ ਵੀ ਆ ਕਾਰ ਡਰਾਈਵਰ, ਇਹ ਵੀ ਆ ਮਤਾ ਗਿਆ ਫੈਨ। ਇਹ ਆਖੇ ਯਾਰ ਮੇਰੀ ਵੀ ਇੱਕ ਵੀਡੀਓ ਬਣਾ ਛੋੜ, ਸਨੀ ਆਖੇ ਕੋਈ ਮਸਲਾ ਹੈ ਯਾਰ? ਇਹ ਸਹੀ ਸਨੀ ਦੀ ਵੀਡੀਓ ਬਣਾ ਕੇ ਦੀਏ, ਪਰ ਉਹ ਕੁੱਤਾ ਹੈਗਾ ਸਨੀ ਕੋ, ਮੈਂ ਕਿਹਾ ਉਰਤੇ ਦੀਆ ਕੁੱਤਾ ਪਟਿਆਂ ਦਾ ਹੀ, ਸਨੀ ਖੇਲ ਕੋਲ ਬੁਰ ਗਿਆ ਉਰਤੇ ਦੀ ਹੈ, ਪਰ ਉਹ ਸਮੀਰ ਬਸ ਆਉਂਦਾ ਪਿਆ ਵੱਲ। ਦੇਖੋ ਚਾਹ ਦਾ ਪਿਆਲਾ ਚਾਹੀਦਾ ਉਸੀ, ਉਹ ਚਾਹ ਦਾ ਪਿਆਲਾ ਚਾਹ ਕੇ ਸਨੀ ਕੁ ਦਿੱਤੀ ਸੀ, ਚਾਹ ਵੀ ਪੀਤੀ ਸੀ ਥੋੜ੍ਹੀ ਜਿਹੀ। ਅਤੇ ਸਨੀ ਹੁਣ ਹੀ ਕਹਦਾ ਪਿਆ ਯਾਰ ਕੁਛ ਘਰ, ਯਾਰ ਮੇਰੇ ਠੇਡੇ ਦਰਦ ਹੈ ਬੁੱਕ ਕੋਲੋ, ਅਤੇ ਯਾਰ ਨਿਜ਼ਾਮ ਤੇਰੇ ਸਾਹਮਣੇ ਚੱਲਦਾ ਪਏ, ਕੋਈ ਕਰੇ ਨਾ ਤੇਰੇ ਬਾਰੇ ਸੋਚੇ ਨਾ। ਬੋਲਾ ਸਨੀ ਚਾਹ ਸ਼ਾਹ ਪੀ ਕੇ ਉਹਦੇ ਬਾਅਦ ਸਮੀਰ ਬਾਸੀ ਖਾਣਾ ਛਾਣਾ ਚਾਹੇ ਫੁੱਲ ਖਿਦਮਤ ਕੀਤੀ ਸੀ। ਬਾਕੀ ਸਮੀਰ ਬਈ ਲਵ ਯੂ, ਠੀਕ ਹੈ ਸੰਗਤ, ਵੀਡੀਓ ਚੰਗੀ ਲੱਗੀ ਵੀਡੀਓ ਕੋ ਲਾਈਕ ਅਤੇ ਸਬਸਕ੍ਰਾਈਬ।